ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਦੇ ਸਵਾਲਾਂ ਨਾਲ ਜੁੜਿਆ, ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ। PTC ਨਿਊਜ਼ ਦਾ ਖਾਸ ਉਪਰਾਲਾ, ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾਏ KSA ਸਟੋਰੀ ਪਰ, ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ। ਲੈ ਹਾਜ਼ਰ ਹਾਂ ਮੈਂ, ਅਤੇ ਇਹ ਜੋ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ, ਜੋ ਕਿ ਹੈ 86 99 73 69, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ ਵਟਸਐਪ ਕਰਦੇ ਹੋ, ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਅਤੇ ਅੱਜ ਦਾ ਸਾਡਾ ਵਿਸ਼ਾ ਹੈ ਦੁੱਧ ਦੀ ਗੁਣਵੱਤਾ ਅਤੇ ਮਾਪਦੰਡ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਵੈਟਨਰੀ ਐਕਸਪਰਟ ਨੇ ਡਾਕਟਰ ਰਾਜੀਵ ਪਾਲ ਸਿੰਘ ਠਾਕੁਰ। ਡਾਕਟਰ ਸਾਹਿਬ ਜੀ ਆਇਆਂ ਨੂੰ ਥੈਂਕ ਯੂ, ਸ਼ੁਕਰੀਆ। ਡਾਕਟਰ ਸਾਹਿਬ, ਅੱਜ ਇਸ ਵਿਸ਼ੇ ਮੁਤਲਕ ਬਹੁਤ ਸਾਰੇ ਅਸੀਂ ਸਵਾਲ ਜਵਾਬ ਤੁਹਾਡੇ ਤੋਂ ਕਰਨੇ ਨੇ, ਕਿਸਾਨਾਂ ਦੇ ਸਵਾਲ ਵੀ ਤੁਹਾਡੇ ਤੱਕ ਪਹੁੰਚਾਉਣੇ ਨੇ। ਤਾਂ ਪਹਿਲੇ ਤਾਂ ਇਹੀ ਜਾਣਨਾ ਚਾਹਾਂਗਾ ਕਿ ਕਹਿੰਦੇ ਨੇ ਕਿ ਪੰਜਾਬ 'ਚ ਦੁੱਧ ਦਾ 9 ਮਾਸ ਦਾ ਰਿਸ਼ਤਾ ਹੈ, ਅਤੇ ਦੁੱਧ ਨੂੰ 13ਵਾਂ ਰਤਨ ਵੀ ਕਿਹਾ ਜਾਂਦਾ ਹੈ, ਪਰ ਚੰਗਾ ਦੁੱਧ ਪੈਦਾ ਕਿਵੇਂ ਕੀਤਾ ਜਾਏ, ਇਸ ਲਈ ਕੀ ਪੈਰਾਮੀਟਰ ਜਿਹੜੇ ਨੇ ਉਹ ਹੁੰਦੇ ਨੇ? ਸੋ ਨਿਖਿਲ ਜੀ, ਧੰਨਵਾਦ ਤੁਹਾਡਾ ਅਤੇ ਸਾਰੇ ਕਿਸਾਨ ਵੀਰਾਂ ਦਾ। ਸੋ ਜੇ ਅਸੀਂ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਨੂੰ ਅਸੀਂ 13ਵਾਂ ਰਤਨ ਵੀ ਕਹਿੰਦੇ ਹਾਂ। ਦੁੱਧ ਦੀ ਗੁਣਵੱਤਾ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਪੈਮਾਨਾ ਹੈ ਉਹ ਹੈਗਾ ਤੰਦਰੁਸਤ ਪਸ਼ੂ। ਜੇ ਪਸ਼ੂ ਤੰਦਰੁਸਤ ਹੋਵੇ, ਚੁਆਈ ਦੇ 3 ਘੰਟੇ ਦੇ ਅੰਦਰ ਬੰਦੇ ਦੀ ਕੋਈ ਵੀ ਸ਼ਰਾਰਤ ਦਾ ਮਿਲਾਵਟ ਤੋਂ ਬਗੈਰ ਦੁੱਧ ਨੂੰ ਠੰਡਾ ਕਰਨ ਤੋਂ ਬਾਅਦ ਜਾਂ ਦੁੱਧ ਨੂੰ ਉਬਾਲਾ ਦੇਣ ਤੋਂ ਬਾਅਦ ਜਦੋਂ ਵਰਤਿਆ ਜਾਵੇ ਤਾਂ ਉਹ ਸਹੀ ਗੁਣਵੱਤਾ ਦਾ ਅਤੇ ਸਹੀ ਕੁਆਲਿਟੀ ਦਾ ਦੁੱਧ ਮੰਨਿਆ ਜਾਂਦਾ ਹੈ। ਤੰਦਰੁਸਤ ਪਸ਼ੂ ਦੀ ਜੇ ਗੱਲ ਕਰੀਏ ਤਾਂ ਨਿਖਿਲ ਜੀ, ਤੰਦਰੁਸਤ ਪਸ਼ੂ ਤੋਂ ਭਾਵ ਹੈ ਕਿ ਪਸ਼ੂ ਨੂੰ ਕੋਈ ਬਿਮਾਰੀ ਜਾਂ ਬੁਖਾਰ ਦੇ ਲੱਛਣ ਨਾ ਹੋਣ, ਉਹਦਾ ਮੇਦਾ ਬਿਲਕੁਲ ਠੀਕ ਹੋਵੇ, ਉਹਦੇ ਨੱਕ ਦੇ ਉੱਤੇ ਗਿੱਲਾਪਨ ਹੋਵੇ ਜਾਂ ਪਾਣੀ ਦੇ ਦਾਣੇ ਹੋਣ, ਉਹਨੂੰ ਮੋਕ ਨਾ ਲੱਗੀ ਹੋਵੇ, ਉਹਦੇ ਗੋਹੇ ਦੇ ਵਿੱਚ ਕਦੀ ਕੋਈ ਅਣਪਚਿਆ ਨਾ ਨਿਕਲੇ, ਅਤੇ ਨਾਲ ਹੀ ਪਸ਼ੂ ਦਾ ਹਵਾਨਾ ਨਰਮ ਹੋਵੇ, ਦੁੱਧ ਦੇ ਵਿੱਚ ਕੋਈ ਛਿੱਡੀਆਂ ਨਾ ਹੋਣ। ਇਹ ਇੱਕ ਬੜਾ ਪੱਕਾ ਪੈਮਾਨਾ ਹੈ ਕਿ ਸਾਡਾ ਪਸ਼ੂ ਜਿਹੜਾ ਉਹ ਤੰਦਰੁਸਤ ਹੈ। ਸੋ ਇੱਦਾਂ ਦੇ ਪਸ਼ੂ ਦੇ ਹਵਾਨੇ 'ਚੋਂ ਨਿਕਲਿਆ ਹੋਇਆ ਦੁੱਧ, ਜਿਹਨੂੰ ਕਿ ਅਸੀਂ ਇਨਸਾਨ ਕਦੀ ਵੀ ਕੋਈ ਸ਼ਰਾਰਤ ਨਾ ਕਰੀਏ, ਉਹਦੇ ਵਿੱਚ ਕੋਈ ਮਿਲਾਵਟ ਨਾ ਕਰੀਏ, ਉਹਨੂੰ ਅਸੀਂ ਆਪਦੇ ਘਰ ਵਰਤੀਏ ਜਾਂ ਜਿੱਥੇ ਵੀ ਅਸੀਂ ਦੁੱਧ ਨੂੰ ਪਾਉਣਾ ਹੈ ਉੱਥੇ ਪਾਈਏ, ਤਾਂ ਮੇਰੇ ਹਿਸਾਬ ਨਾਲ ਇਹ ਦੁੱਧ ਦੀ ਇੱਕ ਗੁਣਵੱਤਾ ਦਾ ਕੁਆਲਿਟੀ ਦਾ ਸਭ ਤੋਂ ਵੱਡਾ ਪੈਮਾਨਾ ਹੈ। ਡਾਕਟਰ ਸਾਹਿਬ, ਅੱਜ ਕੱਲ੍ਹ ਐਫਲਾਟੋਕਸਿਨ ਬਾਰੇ ਜਿਹੜੀ ਹੈ ਬੜੀ ਚਰਚਾ ਹੁੰਦੀ ਹੈ, ਕੁਝ ਇਸ ਬਾਰੇ ਵੀ ਦੱਸੋ, ਅਤੇ ਇਹਦੀ ਦੁੱਧ ਵਿੱਚ ਕੋਈ ਲਿਮਿਟ ਵੀ ਹੁੰਦੀ ਹੈ? ਨਿਖਿਲ ਜੀ, ਬਹੁਤ ਵਧੀਆ ਸਵਾਲ ਪੁੱਛਿਆ, ਔਰ ਮੈਂ ਸਾਰੇ ਕਿਸਾਨ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਵੀ ਕਰਨਾ ਚਾਹੁੰਦਾ ਹਾਂ ਵੀ ਸਾਡੇ ਖਾਣ ਪੀਣ ਦੇ ਵਿੱਚ ਕਈ ਜ਼ਹਿਰ ਜਾਂ ਕਈ ਇੱਦਾਂ ਦੇ ਨੁਕਸਾਨ ਦੇ ਪਦਾਰਥ ਹੈ ਜਿਨ੍ਹਾਂ ਦੇ ਬਾਰੇ ਆਮ ਤੌਰ 'ਤੇ ਸਾਨੂੰ ਪਤਾ ਨਹੀਂ ਹੁੰਦਾ। ਜੇ ਅਸੀਂ ਐਫਲਾਟੋਕਸਿਨ ਜਾਂ ਉੱਲੀ ਜ਼ਹਿਰ ਦੀ ਗੱਲ ਕਰੀਏ, ਕਿਸੇ ਵੀ ਖਾਣੇ ਵਾਲੀ ਚੀਜ਼, ਉਦਾਹਰਣ ਦੇ ਤੌਰ 'ਤੇ ਦਾਣਾ, ਮੱਕੀ ਦੀ ਗੱਲ ਕਰੀਏ, ਵੜੇਵਿਆਂ ਦੀ ਖਲ ਦੀ ਗੱਲ ਕਰੀਏ, ਜਾਂ ਪਸ਼ੂ ਨੂੰ ਪਾਏ ਜਾਣ ਵਾਲਾ ਹਰਾ ਚਾਰਾ, ਜਾਂ ਪਸ਼ੂਆਂ ਨੂੰ ਪਾਏ ਜਾਣ ਵਾਲਾ ਸਾਈਲੇਜ ਜਾਂ ਵੜੇਵਿਆਂ ਦੀ ਖਲ, ਇਹਨਾਂ ਦੇ ਵਿੱਚ ਜਦੋਂ ਜ਼ਰੂਰਤ ਤੋਂ ਜ਼ਿਆਦਾ ਮੋਇਸਚਰ ਜਾਂ ਨਮੀ ਆ ਜਾਂਦੀ ਹੈ, ਅਰੇ ਟੈਂਪਰੇਚਰ ਵੀ ਜਾਂ ਤਾਪਮਾਨ ਵੱਧ ਜਾਂਦਾ ਹੈ, ਇੱਦਾਂ ਦੇ ਮੌਕੇ ਦੇ ਉੱਤੇ ਉੱਲੀ ਉਹਦੇ ਵਿੱਚ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਉੱਲੀ ਦੇ ਨਾਲ ਹੀ ਉਹਦੇ ਵਿੱਚ ਉੱਲੀ ਜ਼ਹਿਰ ਪੈਦਾ ਹੁੰਦਾ ਹੈ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਉੱਲੀ ਜ਼ਹਿਰ ਕਹਿੰਦੇ ਹਾਂ ਅਤੇ ਅੰਗਰੇਜ਼ੀ ਦੇ ਵਿੱਚ ਐਫਲਾਟੋਕਸਿਨ ਕਹਿੰਦੇ ਹਾਂ। ਹੁਣ ਇਹ ਜਿਹੜਾ ਐਫਲਾਟੋਕਸਿਨ ਹੈ ਇਹ ਇੱਕ ਮਿੱਠਾ ਜ਼ਹਿਰ ਹੈ। ਮਿੱਠੇ ਜ਼ਹਿਰ ਦਾ ਮਤਲਬ ਇਹ ਹੈ ਵੀ ਸਾਨੂੰ ਯਕਦਮ ਇਹਦੇ ਨੁਕਸਾਨਾਂ ਦਾ ਪਤਾ ਨਹੀਂ ਲੱਗਦਾ, ਲੇਕਿਨ ਹੌਲੀ ਹੌਲੀ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਕਿਸਾਨ ਦੀ ਡੇਅਰੀ ਫਾਰਮਿੰਗ ਦੀ ਆਮਦਨ ਦੀ ਰੀੜ ਦੀ ਹੱਡੀ ਹੈ, ਚੰਗਾ ਅਤੇ ਹਰ ਤੰਦਰੁਸਤ ਪਸ਼ੂ ਅਤੇ ਹਰ ਵਰਿਆ ਪਸ਼ੂ, ਇਹ ਉਹਦੇ ਉੱਤੇ ਆਪਣਾ ਬੜਾ ਮਾੜਾ ਅਸਰ ਕਰਦਾ ਹੈ। ਸੋ ਪਸ਼ੂ ਦਾ ਸਮੇਂ ਸਿਰ ਨਾ ਬੋਲਣਾ, ਨਾ ਰਹਿਣਾ, ਗੱਭਣ ਪਸ਼ੂ ਦਾ ਫਲ ਸਿੱਟ ਜਾਣਾ, ਪਸ਼ੂ ਦੇ ਵਿੱਚ ਵਾਰ ਵਾਰ ਹਵਾਨੇ ਦੀ ਸੋਜਿਸ਼ ਹੋਣਾ, ਮੈਸਟਾਈਟਿਸ ਹੋਣਾ, ਜਾਂ ਪਸ਼ੂ ਨੂੰ ਲੰਗੜਾਪਨ ਦਾ ਬਿਮਾਰੀ ਹੋਣਾ, ਅਤੇ ਇਹ ਸਾਰੇ ਦੇ ਸਾਰੇ ਲੱਛਣ ਦਾ ਇੱਕ ਮੁੱਖ ਸਰੋਤ ਫੀਡ ਦੇ ਵਿੱਚ ਜਾਂ ਪੱਠਿਆਂ ਦੇ ਵਿੱਚ ਜਾਂ ਸਾਈਲੇ ਦੇ ਵਿੱਚ ਆਉਣ ਵਾਲਾ ਉੱਲੀ ਜਾਂ ਐਫਲਾਟੋਕਸਿਨ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਵੀ ਇਸ ਦੇ ਨਾਲ ਜਿਹੜਾ ਦੁੱਧ ਪੈਦਾ ਹੋਇਆ ਹੈ ਉਹਨੂੰ ਜਦੋਂ ਕਿਸਾਨ ਵੀਰ ਆਪੇ ਵਰਤਦੇ ਹਨ ਜਾਂ ਘਰੇ ਵਰਤਦੇ ਹਨ, ਘਰੇ ਉਹਨਾਂ ਦਾ ਪਰਿਵਾਰ ਵਰਤਦਾ ਹੈ, ਇਹ ਉਹਨਾਂ ਵਾਸਤੇ ਬਹੁਤ ਵੱਡਾ ਨੁਕਸਾਨ ਕਰਦਾ ਹੈ, ਮਨੁੱਖੀ ਸਿਹਤ ਦੇ ਵੀ ਇਹਦਾ ਬਹੁਤ ਵੱਡਾ ਨੁਕਸਾਨ ਹੈ। ਸੋ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਆਪਦੇ ਪਸ਼ੂਆਂ ਨੂੰ ਸਹੀ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ, ਫੀਡ ਸਹੀ ਪਾਓ, ਤੁਹਾਡੇ ਕੋਲ ਵੈਟਨਰੀ ਡਾਕਟਰ ਨੇ, ਯੂਨੀਵਰਸਿਟੀ ਹੈ, ਇਹਨਾਂ ਦੇ ਦੱਸੇ ਹੋਏ ਮਾਪਦੰਡਾਂ ਦੇ ਉੱਤੇ ਡੇਅਰੀ ਫਾਰਮਿੰਗ ਕਰੋ, ਅਤੇ ਅਸੀਂ ਆਪਦੇ ਪਸ਼ੂਆਂ ਨੂੰ ਵੀ ਤੰਦਰੁਸਤ ਰੱਖ ਪਾਵਾਂਗੇ ਅਤੇ ਆਪਦੇ ਆਪ ਨੂੰ ਵੀ ਬਚਾ ਪਾਵਾਂਗੇ। ਇੱਕ ਤੁਸੀਂ ਸਵਾਲ ਕੀਤਾ ਹੈ ਇਹਦੇ ਮਾਪਦੰਡਾਂ ਦਾ, ਇਹਦੀ ਲਿਮਿਟ ਦਾ, ਇਹਦੇ ਬਾਰੇ ਵੀ ਮੈਂ ਦੱਸਣਾ ਚਾਹਾਂਗਾ ਕਿ ਹੁਣ ਦੀ ਜਿਹੜੀ ਸਾਡੀ ਸਰਕਾਰ ਹੈ ਉਹ ਸਰਕਾਰ ਫੂਡ ਸੇਫਟੀ ਦੇ ਉੱਤੇ ਜਾਂ ਮਨੁੱਖੀ ਸਿਹਤ ਦੇ ਉੱਤੇ ਲੈ ਕੇ ਬੜੀ ਹੀ ਚਿੰਤਿਤ ਹੈ, ਬੜੀ ਹੀ ਸੈਂਸਿਟਿਵ ਹੈ।
ਇਹਦੇ ਪੈਮਾਨੇ ਦੀ ਗੱਲ ਕਰੀਏ, ਤੁਸੀਂ ਦੇਖ ਕੇ ਹੈਰਾਨ ਹੋਵੋਗੇ, ਜਾਣ ਕੇ ਹੈਰਾਨ ਹੋਵੋਗੇ, 10 ਕਰੋੜ ਦੁੱਧ ਦੀਆਂ ਬੂੰਦਾਂ ਦੇ ਵਿੱਚ ਸਿਰਫ ਅੱਧੀ ਬੂੰਦ ਜਿਹਦੇ ਵਿੱਚ ਉੱਲੀ ਜ਼ਹਿਰ ਹੋਵੇ, ਇੰਨਾ ਹੀ ਇੱਕ ਸੇਫਟੀ ਦਾ ਪੈਮਾਨਾ ਹੈ। ਜੇ 10 ਕਰੋੜ ਬੂੰਦਾਂ ਦੇ ਵਿੱਚੋਂ ਅੱਧੀ ਬੂੰਦ ਤੋਂ ਵੱਧ ਦੁੱਧ ਆ ਜਾਵੇ, ਇਹਦਾ ਮਤਲਬ ਉਹਦੇ ਵਿੱਚ ਉਹ ਸੇਫਟੀ ਪੈਰਾਮੀਟਰ ਕਰੋਸ ਕਰ ਚੁੱਕਾ ਹੈ, ਉਹ ਬੰਦੇ ਲਈ ਹਾਨੀਕਾਰਕ ਹੈ। ਇਹਦੇ ਨਾਲ ਹੀ ਜੇ ਅਸੀਂ ਕੰਸਨਟ੍ਰੇਟ ਕੈਟਲ ਫੀਡ ਦੀ ਗੱਲ ਕਰੀਏ, ਜਿਹੜਾ ਕਿ ਡੇਅਰੀ ਫਾਰਮਿੰਗ ਦੇ ਵਿੱਚ ਖਰਚੇ ਦਾ ਅਤੇ ਪਸ਼ੂਆਂ ਦੀ ਸਿਹਤ ਦਾ ਸਭ ਤੋਂ ਵੱਡਾ ਸਰੋਤ ਹੈ, ਇਹਦਾ ਜਿਹੜਾ ਪੈਮਾਨਾ ਹੋਰ ਵੀ ਸਖਤ ਹੈ। ਅਸੀਂ ਜੇ ਮੰਨ ਲਓ ਮੱਕੀ ਦੇ ਦਾਣੇ ਦੀ ਗੱਲ ਕਰੀਏ, ਮੱਕੀ ਦਾ ਦਾਣਾ ਮੇਨਲੀ ਖਾਸ ਤੌਰ 'ਤੇ ਫੀਡ ਦੇ ਵਿੱਚ ਪੈਂਦਾ ਹੈ। 10 ਕਰੋੜ ਮੱਕੀ ਦੇ ਦਾਣਿਆਂ ਦੇ ਵਿੱਚ ਇੱਕ ਮੱਕੀ ਦੇ ਦਾਣੇ ਦਾ 5ਵਾਂ ਹਿੱਸਾ ਜੇ ਉਹ ਖਰਾਬ ਹੈ ਤਾਂ ਉਹ ਲਿਮਿਟ ਤੱਕ ਹੈ, ਜੇ 5ਵੇਂ ਹਿੱਸੇ ਤੋਂ ਵੱਧ ਖਰਾਬ ਹੋ ਗਿਆ ਤਾਂ ਉਹ ਉੱਲੀ ਜ਼ਹਿਰ ਨੂੰ ਕ੍ਰੋਸ ਕਰਦਾ ਹੈ। ਸੋ ਇੰਨੇ ਸਖਤ ਪੈਮਾਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਸਾਡੇ ਸਮਾਜ ਦੀ ਸਿਹਤ ਦੀ ਭਲਾਈ ਵਾਸਤੇ ਬਣਾਏ ਗਏ ਹਨ, ਔਰ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਮਿਲ ਕੇ ਇਹਨਾਂ ਦੀ ਪਾਲਣਾ ਕਰਕੇ ਆਪਦੇ ਆਪ ਨੂੰ ਅਤੇ ਆਪਦੇ ਸਮਾਜ ਨੂੰ ਤੰਦਰੁਸਤ ਬਣਾਈਏ। ਬਿਲਕੁਲ, ਸਮਾਜ ਤੰਦਰੁਸਤ ਹੋਏਗਾ ਤਦੀ ਦੇਸ਼ ਜਿਹੜਾ ਉਹ ਤੰਦਰੁਸਤ ਹੋਏਗਾ। ਅਤੇ ਡਾਕਟਰ ਸਾਹਿਬ, ਦੁੱਧ ਨੂੰ ਕੰਪਲੀਟ ਫੂਡ ਜਿਹੜਾ ਉਹ ਕਿਹਾ ਜਾਂਦਾ, ਫਿਰ ਵੀ ਅੱਜ ਕੱਲ੍ਹ ਇਹ ਪ੍ਰਚਾਰ ਬੜਾ ਵੇਖਣ ਨੂੰ ਮਿਲਦਾ ਕਿ ਦੁੱਧ ਨਹੀਂ ਪੀਣਾ ਚਾਹੀਦਾ, ਇਸ ਨਾਲ ਬਿਮਾਰੀਆਂ ਵੀ ਹੋ ਜਾਂਦੀਆਂ ਨੇ, ਤੁਸੀਂ ਇਸ ਗੱਲ ਨਾਲ ਕਿੱਥੋਂ ਤੱਕ ਸਹਿਮਤ ਹੋ? ਬਹੁਤ ਉਮਦਾ ਸਵਾਲ ਪੁੱਛਿਆ ਨਿਖਿਲ ਜੀ। ਦੁੱਧ ਜਿਵੇਂ ਕਿ ਪਹਿਲਾਂ ਮੈਂ ਗੱਲ ਕੀਤੀ ਹੈ, ਦੁੱਧ ਨੂੰ 13ਵਾਂ ਰਤਨ ਕਿਹਾ ਜਾਂਦਾ। 13ਵੇਂ ਰਤਨ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖ ਦੇ ਜਨਮ ਲੈਣ ਤੋਂ ਉਹਦੇ ਆਖਰੀ ਦਿਨ ਤੱਕ ਜ਼ਿੰਦਗੀ ਦੇ ਹਰ ਪੜਾਵ ਦੇ ਵਿੱਚ ਦੁੱਧ ਅਤੇ ਦੁੱਧ ਦੇ ਪਦਾਰਥ ਵਰਤੇ ਜਾਂਦੇ ਹਨ। ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਮੈਂ ਪਹਿਲਾਂ ਦੱਸਿਆ, ਤੰਦਰੁਸਤ ਪਸ਼ੂ ਤੋਂ, ਚਾਹੇ ਉਹ ਮੱਝ ਹੈ ਚਾਹੇ ਗਾਂ ਹੈ, ਉਹਦੇ ਹਵਾਨੇ 'ਚੋਂ ਨਿਕਲਿਆ ਹੋਇਆ ਦੁੱਧ ਮਨੁੱਖੀ ਸ਼ਰਾਰਤ ਜਾਂ ਮਿਲਾਵਟ ਤੋਂ ਬਗੈਰ 3 ਘੰਟੇ ਦੇ ਅੰਦਰ ਠੰਡਾ ਕੀਤਾ ਜਾਂ ਉਬਾਲੇ ਤੋਂ ਬਾਅਦ ਵਰਤਿਆ ਹੋਇਆ ਦੁੱਧ ਇੱਕ ਕੰਪਲੀਟ ਫੂਡ ਹੈ। ਪਰ ਇੱਕ ਵਿਡੰਬਣਾ ਇਹ ਹੈ ਕਿ ਜਦੋਂ ਅਸੀਂ ਇਨਸਾਨ ਆਪਦੇ ਲਾਲਚ ਕਰਕੇ ਕਦੀ ਦੁੱਧ ਦੇ ਵਿੱਚ ਕੋਈ ਚੀਜ਼ ਗਲਤ ਮਿਲਾ ਦਿੰਦੇ ਹਾਂ, ਉਹਦੇ ਨਾਲ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਜਾਂ ਪਸ਼ੂ ਬਿਮਾਰ ਹੋ ਜਾਂਦਾ ਹੈ, ਤਾਂ ਸਾਡੇ ਸਮਾਜ ਦੇ ਕਈ ਕੁਛ ਲੋਕ ਇੱਦਾਂ ਦੇ ਹਨ ਜਿਨ੍ਹਾਂ ਨੂੰ ਮੌਕਾ ਮਿਲ ਜਾਂਦਾ ਹੈ ਦੁੱਧ ਦੇ ਖਿਲਾਫ਼ ਗੱਲ ਕਰਨ ਦਾ। ਉਦਾਹਰਣ ਦੇ ਤੌਰ 'ਤੇ ਮੈਂ ਨਾਂ ਤਾਂ ਨਹੀਂ ਲੈਣਾ ਚਾਹਾਂਗਾ, ਕੁਛ ਪ੍ਰੋਡਕਟ ਜਿਹੜੇ ਬਨਸਪਤੀ ਤੋਂ ਬਣਦੇ ਹਨ ਜਾਂ ਵੈਜੀਟੇਬਲ ਓਰੀਜਨ ਤੋਂ ਬਣਦੇ ਹਨ, ਉਹਨਾਂ ਨੂੰ ਵੀ ਉਹ ਦੁੱਧ ਦੇ ਨਾਮ 'ਤੇ ਕਹਿ ਕੇ ਵੇਚਦੇ ਹਨ। ਉਹ ਕਹਿੰਦੇ ਹੈ ਸਾਡਾ ਫਲਾਣਾ ਮਿਲਕ ਜਾਂ ਸਾਡਾ ਫਲਾਣਾ ਮਿਲਕ ਇਹ ਦੁੱਧ ਦੀ ਤੌਰ ਦੇ ਉੱਤੇ ਰਿਪਲੇਸ ਕਰਕੇ ਬੜਾ ਵਧੀਆ ਸੋਰਸ ਹੈ। ਲੇਕਿਨ ਦੁੱਧ ਦੀ ਜਿਹੜੀ ਅਮਾਈਨੋ ਐਸਿਡ ਪ੍ਰੋਫਾਈਲ ਹੈ, ਦੁੱਧ ਦੇ ਵਿੱਚ ਜਿਹੜੇ ਪ੍ਰੋਟੀਨ ਹੈ, ਦੁੱਧ ਦੇ ਵਿੱਚ ਜਿਹੜੇ ਮਿਨਰਲਸ ਹੈ, ਦੁੱਧ ਦੇ ਵਿੱਚ ਜਿਹੜੇ ਵਿਟਾਮਿਨਸ ਹੈ, ਉਹਦੀ ਮਾਤਰਾ ਉਹਦੇ ਨਾਲ ਦਾ ਮੇਲ ਕੋਈ ਹੋਰ ਖਾਣ ਪੀਣ ਦੀ ਖੁਰਾਕ ਨਹੀਂ ਕਰ ਸਕਦੀ। ਸੋ ਦੁੱਧ ਇੱਕ ਕੰਪਲੀਟ ਫੂਡ ਹੈ, ਜੇ ਤੁਸੀਂ ਮਨੁੱਖ ਨੂੰ ਹੈਲਦੀ ਵੀ ਬਣਾਉਣਾ ਹੈ। ਫੋਰ ਐਗਜ਼ਾਮਪਲ, ਅੱਜ ਕੱਲ੍ਹ ਲੋਕ ਜੇ ਜਿਮ ਦੇ ਵਿੱਚ ਵਰਜਿਸ਼ ਕਰਦੇ ਹਨ ਜਾਂ ਐਕਸਰਸਾਈਜ਼ ਕਰਦੇ ਹਨ, ਉਹਨਾਂ ਨੂੰ ਮਸਲ ਬਿਲਡਿੰਗ ਵਾਸਤੇ ਵੇ ਪ੍ਰੋਟੀਨ ਦਿੱਤੀ ਜਾਂਦੀ ਹੈ। ਵੇ ਪ੍ਰੋਟੀਨ ਦੁੱਧ ਤੋਂ ਹੀ ਬਣਦੀ ਹੈ। ਸੋ ਤੁਸੀਂ ਇਹ ਦੇਖੋ ਵੀ ਮਸਕੂਲਰ ਬਿਲਡਅਪ ਵਾਸਤੇ ਮੋਲੀਕੂਲਰ ਲੈਵਲ ਤੱਕ ਜੇ ਅਸੀਂ ਅਮਾਈਨੋ ਐਸਿਡ ਪ੍ਰੋਫਾਈਲ ਦੇਖੀਏ ਜਾਵੇ ਤਾਂ ਸਭ ਤੋਂ ਵਧੀਆ ਦੁੱਧ ਦੀ ਵੇ ਪ੍ਰੋਟੀਨ ਤੋਂ ਆਉਂਦੀ ਹੈ। ਸੋ ਦੁੱਧ ਕੰਪਲੀਟ ਫੂਡ ਹੈਗਾ। ਹਾਂ, ਇਹਦੇ ਵਿੱਚ ਦੁੱਧ ਨੂੰ ਕੰਪਲੀਟ ਫੂਡ ਬਣਾਏ ਰੱਖਣ ਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ, ਚਾਹੇ ਸਾਡੇ ਕਿਸਾਨ ਵੀਰ ਹਨ, ਚਾਹੇ ਸਾਡੇ ਡੇਅਰੀ ਦੇ ਦੁੱਧ ਇਕੱਠਾ ਕਰਨ ਵਾਲੇ ਹਨ, ਅਤੇ ਅਸੀਂ ਲੋਕ ਹਾਂ ਜੇ ਕੰਜ਼ਿਊਮਰ ਹਾਂ, ਸਾਡੀ ਜਾਣਕਾਰੀ ਅਵੇਅਰਨੈਸ ਬੜੀ ਜ਼ਰੂਰੀ ਹੈ ਕਿ ਅਸੀਂ ਦੁੱਧ ਦੇ ਵਿੱਚ ਮਿਲਾਵਟ ਛੇੜਖਾਨੀ ਨੂੰ ਰੋਕੀਏ। ਬਿਲਕੁਲ, ਅੱਜ ਡਾਕਟਰ ਸਾਹਿਬ ਵੱਲੋਂ ਬਹੁਤ ਖਾਸ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ, ਅਤੇ ਤੁਹਾਡੇ ਮਨਾਂ ਵਿੱਚ ਜੋ ਕਿਸਾਨ ਵੀਰੋ ਸਵਾਲ ਨੇ ਉਹ ਵੀ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾਵਾਂਗੇ, ਬਸ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ, ਅਤੇ ਅੱਜ ਦਾ ਸਾਡਾ ਵਿਸ਼ਾ ਹੈ ਦੁੱਧ ਦੀ ਗੁਣਵੱਤਾ ਅਤੇ ਮਾਪਦੰਡ, ਜਿਸ ਬਾਰੇ ਸਾਡੇ ਨਾਲ ਗੱਲ ਕਰ ਰਹੇ ਨੇ ਵੈਟਨਰੀ ਐਕਸਪਰਟ ਡਾਕਟਰ ਰਾਜੀਵ ਪਾਲ ਸਿੰਘ ਠਾਕੁਰ। ਅਤੇ ਡਾਕਟਰ ਸਾਹਿਬ, ਜਿਵੇਂ ਮੈਂ ਬ੍ਰੇਕ ਵਿੱਚ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਹੁਣ ਸਿੱਧਾ ਕਿਸਾਨ ਵੀਰਾਂ ਨਾਲ ਜੁੜਾਂਗੇ, ਜ਼ਰੂਰ ਉਹਨਾਂ ਦੇ ਸਵਾਲ ਕਾਲ ਦੇ ਜ਼ਰੀਏ ਸਾਡੇ ਤੱਕ ਪਹੁੰਚਣਗੇ। ਠੀਕ ਹੈ ਜੀ, ਅਤੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ, ਤੁਹਾਡਾ ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਲਾਲ ਸਿੰਘ, ਪਿੰਡ ਹੋਲਾਂ ਵਾਲੀ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ ਤੁਸੀਂ। ਤੇ ਮੈਂ ਇੱਕ ਲਾਰਜ ਫਾਰਮਾ, ਮੈਂ ਪੁੱਛਣਾ ਚਾਹੁੰਦਾ ਹਾਂ ਵੀ ਜਿਹੜਾ ਆਪਾਂ ਐਂਟੀਬਾਇਓਟਿਕ ਯੂਜ਼ ਕਰਦੇ ਹਾਂ, ਉਹਦਾ ਅਸਰ ਪਸ਼ੂਆਂ ਤੇ ਮਨੁੱਖੀ ਸਰੀਰ ਤੇ ਕਿੰਨਾ ਕੁ ਹੁੰਦਾ ਹੈਗਾ ਜੀ? ਡਾਕਟਰ ਸਾਹਿਬ, ਠੀਕ ਹੈ ਗੁਰਲਾਲ ਸਿੰਘ ਜੀ, ਬੜਾ ਵਾਜਿਬ ਸਵਾਲ ਹੈ ਤੁਹਾਡਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਜਾਤੀ ਨੂੰ ਸਭ ਤੋਂ ਵੱਡਾ ਖਤਰਾ ਕਿਸੇ ਨਿਊਕਲੀਅਰ ਬੰਬ ਤੋਂ ਨਹੀਂ ਹੈ, ਉਹਨੂੰ ਸਭ ਤੋਂ ਵੱਡਾ ਖਤਰਾ ਅਸੀਂ ਐਜ਼ ਅ ਸਾਇੰਟਿਸਟ ਜੋ ਦੇਖਦੇ ਹਾਂ ਉਹ ਹੈ ਐਂਟੀਬਾਇਓਟਿਕ ਰੈਜ਼ਿਸਟੈਂਸ ਦਾ। ਐਂਟੀਬਾਇਓਟਿਕ ਰੈਜ਼ਿਸਟੈਂਸ ਦਾ ਮਤਲਬ ਇਹ ਹੈ ਵੀ ਜ਼ਰੂਰਤ ਤੋਂ ਘੱਟ ਸਮੇਂ 'ਤੇ ਜ਼ਰੂਰਤ ਤੋਂ ਘੱਟ ਡੋਜ਼ ਤੱਕ
ਬਿਨਾਂ ਕਿਸੇ ਐਕਸਪਰਟ ਦੀ ਸਲਾਹ ਦੇ ਨਾਲ ਜਦੋਂ ਅਸੀਂ ਕੋਈ ਐਂਟੀਬਾਇਓਟਿਕ ਟੀਕਾ ਜਾਂ ਦਵਾਈ ਪਸ਼ੂ ਦੇ ਵਿੱਚ ਲਾਉਂਦੇ ਹਾਂ ਅਤੇ ਉਹਦੇ ਅੰਦਰਲੇ ਜਰਾਸੀਮ ਹੁੰਦੇ ਜਿਹੜੇ ਉਹ ਪੂਰੀ ਤਰ੍ਹਾਂ ਮਰਦੇ ਨਹੀਂ ਔਰ ਉਹ ਹੌਲੀ 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 ਉਸ ਦੇ ਦਵਾਈ ਦੇ ਖਿਲਾਫ ਆਪਣੇ ਆਪ ਦੇ ਵਿੱਚ ਇੱਕ ਤਾਕਤ ਇੱਕ ਫੋਰਸ ਪੈਦਾ ਕਰ ਲੈਂਦੇ ਹਨ ਜਿਹਦੇ 'ਤੇ ਬਾਅਦ ਵਿੱਚ ਜਾ ਕੇ ਉਹ ਦਵਾਈ ਅਸਰ ਨਹੀਂ ਕਰਦੀ। ਹੁਣ ਜੇ ਅਸੀਂ ਡੇਅਰੀ ਫਾਰਮਿੰਗ ਸਾਰੇ ਕਿਸਾਨ ਭਰਾ ਕਰਦੇ ਹਾਂ ਅਤੇ ਪਸ਼ੂ ਰੱਖਦੇ ਹਾਂ, ਪਸ਼ੂ ਸਾਹ ਲੈਣ ਵਾਲਾ ਜੀਵ ਹੈ, ਉਹ ਬਿਮਾਰ ਵੀ ਹੋਊਗਾ। ਜੇ ਉਹ ਬਿਮਾਰ ਹੋਊਗਾ, ਬਿਮਾਰੀ ਦੇ ਕਈ ਕਾਰਨ ਹੁੰਦੇ ਹਨ, ਕਈ ਵਾਰੀ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਛਿੱਡੀਆਂ ਆਉਂਦੀਆਂ ਹਨ, ਲੇਵੀ ਦੀ ਸੋਜ ਹੋ ਜਾਂਦੀ ਹੈ, ਪਸ਼ੂ ਬਿਮਾਰ ਹੋ ਜਾਂਦਾ ਹੈ। ਇੱਦਾਂ ਦੀ ਸਟੇਜ ਦੇ ਵਿੱਚ, ਇੱਦਾਂ ਦੀ ਸਥਿਤੀ ਦੇ ਵਿੱਚ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਭਰਾਵੋ, ਤੁਸੀਂ ਇੱਕ ਵੈਟਨਰੀ ਐਕਸਪਰਟ ਦੀ ਸਲਾਹ ਦੇ ਨਾਲ ਹੀ ਡਾਕਟਰ ਤੋਂ ਦੱਸੀਆਂ ਹੋਈਆਂ ਲਿਖੀਆਂ ਹੋਈਆਂ ਦਵਾਈਆਂ ਦਾ ਦੱਸੇ ਹੋਏ ਸਮੇਂ ਅਤੇ ਦੱਸੀ ਹੋਈ ਡੋਜ਼ ਮੁਤਾਬਕ ਤੁਸੀਂ ਇਲਾਜ ਕਰਵਾਉਣਾ ਹੈ। ਜੇ ਡਾਕਟਰ ਨੇ ਦੱਸਿਆ ਹੈ ਕਿ ਕੋਈ ਟੀਕਾ ਜਿਹਦੇ ਵਿੱਚ ਐਂਟੀਬਾਇਓਟਿਕ ਹੋ ਸਕਦਾ ਹੈ ਉਹਨੂੰ 5 ਦਿਨ ਲਾਉਣਾ ਹੈ, ਸਵੇਰੇ ਸ਼ਾਮ ਲਾਉਣਾ ਹੈ, 3 ਗ੍ਰਾਮ ਦੀ ਡੋਜ਼ ਵਿੱਚ ਲਾਉਣਾ ਹੈ, ਅਤੇ ਕਿਰਪਾ ਕਰਕੇ ਉਸ ਸ਼ਡਿਊਲ ਨੂੰ ਫੋਲੋ ਕਰਨਾ ਸਾਡਾ ਧਰਮ ਹੈ। ਜੇ ਅਸੀਂ ਆਪਦੀ ਮਰਜ਼ੀ ਨਾਲ ਉਹ ਸਮਾਂ ਘਟਾ ਦਿੰਦੇ ਹਾਂ ਜਾਂ ਡੋਜ਼ ਘਟਾ ਦਿੰਦੇ ਹਾਂ ਤਾਂ ਉਹਦੇ ਕਰਕੇ ਪਸ਼ੂ ਦੇ ਅੰਦਰ ਜਿਸ ਜਰਾਸੀਮ ਕਰਕੇ ਬਿਮਾਰੀ ਹੋਈ ਹੈ ਉਹ ਪੂਰੀ ਤਰ੍ਹਾਂ ਮਰਦਾ ਨਹੀਂ, ਉਹਦਾ ਅਸਰ ਗਾਂ ਦੁੱਧ ਦੇ ਵਿੱਚ ਆਉਂਦਾ। ਔਰ ਆਖਰੀ ਟੀਕਾ ਲੱਗਣ ਤੋਂ 3 ਦਿਨ, 7 ਦਿਨ, 10 ਦਿਨ, 1 ਮਹੀਨਾ ਤੱਕ ਅੱਡ ਅੱਡ ਐਂਟੀਬਾਇਓਟਿਕ ਦਾ ਅਸਰ ਆਉਂਦਾ। ਇਹਦੇ ਬਾਰੇ ਵੀ ਸਾਡੇ ਜਿਹੜੇ ਐਕਸਪਰਟ ਹੈ, ਵੈਟਨਰੀ ਡਾਕਟਰ ਹੈ, ਉਹ ਜਾਣੂ ਕਰਵਾਉਂਦੇ ਹਨ ਆਪਣੇ ਕਿਸਾਨ ਵੀਰਾਂ ਨੂੰ ਵੀ ਭਾਈ ਆਹ ਪਸ਼ੂ ਨੂੰ 3 ਦਿਨ ਤੱਕ ਟੀਕਾ ਲੱਗਣ ਤੋਂ ਬਾਅਦ ਦੁੱਧ ਘਰੇ ਵੀ ਨਹੀਂ ਵਰਤਣਾ ਅਤੇ ਨਾ ਕਿਸੇ ਡੇਅਰੀ 'ਤੇ ਪਾਉਣਾ ਹੈ। ਪਹਿਲੀ ਗੱਲ, ਬਿਮਾਰ ਪਸ਼ੂ ਦਾ ਦੁੱਧ ਵੈਸੇ ਘੱਟ ਜਾਂਦਾ ਹੈ, ਜੇ 1/2 ਕਿਲੋ ਪਾਈਆ ਦੁੱਧ ਰਹਿ ਵੀ ਗਿਆ ਉਹਨੂੰ ਆਪਾਂ ਨਾ ਤਾਂ ਘਰੇ ਵਰਤੀਏ ਨਾ ਕਿਸੇ ਡੇਅਰੀ 'ਤੇ ਪਾਈਏ। ਇਹਦੇ ਇੰਨੀ ਗੱਲ ਦੇ ਨਾਲ ਅਸੀਂ ਆਪਦੇ ਆਪ ਨੂੰ ਵੀ ਅਤੇ ਆਪਦੇ ਸਮਾਜ ਨੂੰ ਵੀ ਇੱਕ ਬਹੁਤ ਵੱਡਾ ਖਤਰਾ ਜੋ ਕਿ ਐਂਟੀਬਾਇਓਟਿਕ ਰੈਜ਼ਿਸਟੈਂਸ ਉਹ ਤੋਂ ਬਚਾ ਸਕਦੇ ਹਾਂ। ਹੁਣ ਮਨੁੱਖੀ ਸਿਹਤ ਦਾ ਅਸਰ ਕੀ ਹੈ ਵੀ ਜੇ ਮੰਨ ਲਓ ਅਸੀਂ ਐਜ਼ ਅ ਮਨੁੱਖ ਇੱਦਾਂ ਦੇ ਐਂਟੀਬਾਇਓਟਿਕ ਵਾਲਾ ਅਸਰ ਵਾਲਾ ਦੁੱਧ ਪੀ ਲੈਂਦੇ ਹਾਂ ਅਤੇ ਸਾਡੇ ਸਰੀਰ ਦੇ ਵਿੱਚ ਉਹ ਜਰਾਸੀਮ ਆ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਉਸ ਦਵਾਈ ਨੂੰ ਲੜਨ ਦੀ ਤਾਕਤ ਹੈ, ਕੱਲ੍ਹ ਨੂੰ ਸਾਡਾ ਗਲਾ ਖਰਾਬ ਹੁੰਦਾ ਹੈ, ਬੁਖਾਰ ਹੁੰਦਾ ਹੈ ਅਤੇ ਸਾਡੇ ਸਰੀਰ ਦੇ ਉੱਤੇ ਉਸ ਤੋਂ ਵੱਧ ਜਾਂ ਵੱਡੇ ਐਂਟੀਬਾਇਓਟਿਕ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਕਈ ਵਾਰੀ ਸਾਡੀ ਸਿਹਤ 'ਤੇ ਮਾੜਾ ਅਸਰ ਕਰਦੇ ਹਨ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਮੈਂ ਫਿਰ ਮੁੜ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਐਂਟੀਬਾਇਓਟਿਕ ਦਵਾਵਾਂ ਆਪਦੀ ਮਰਜ਼ੀ ਨਾਲ ਕਦੇ ਨਾ ਵਰਤੋ, ਹਮੇਸ਼ਾ ਇੱਕ ਵੈਟਨਰੀ ਡਾਕਟਰ ਜਾਂ ਯੂਨੀਵਰਸਿਟੀ ਦੀ ਸਲਾਹ ਨਾ ਹੀ ਵਰਤੋ। ਧੰਨਵਾਦ। ਬਿਲਕੁਲ, ਡਾਕਟਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਪਸ਼ੂ ਪਾਲਕ ਵੀਰ ਜਿਹੜੇ ਨੇ ਉਹ ਆਪ ਹੀ ਡਾਕਟਰ ਬਣਨ ਦੀ ਕੋਸ਼ਿਸ਼ ਨਾ ਕਰਨ ਅਤੇ ਜੋ ਐਕਸਪਰਟ ਦੀ ਸਲਾਹ ਹੈ ਉਸਨੂੰ ਜ਼ਰੂਰ ਧਿਆਨ ਵਿੱਚ ਰੱਖਣ। ਅਤੇ ਡਾਕਟਰ ਸਾਹਿਬ, ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ ਜੀ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਮਹਿੰਦਰ ਸਿੰਘ ਭੁੱਲਰ ਜੀ, ਪਿੰਡ ਭਦੌੜ ਕੋਠੇ ਭਾਨ ਸਿੰਘ ਤੋਂ ਗੱਲ ਕਰ ਰਿਹਾ ਜੀ। ਹਾਂਜੀ ਮਹਿੰਦਰ ਜੀ, ਆਪਣਾ ਸਵਾਲ ਪੁੱਛੋ। ਹਾਂ, ਮੇਰਾ ਸਵਾਲ ਹੈ ਜੀ, ਜੋ ਡਾਕਟਰ ਸਾਹਿਬ ਨੇ ਨਾ ਵੀ ਆਪਣੇ ਪਸ਼ੂਆਂ ਦੇ ਵਿੱਚ ਉੱਲੀ ਬਾਰੇ ਗੱਲ ਕਰੀ ਹੈ ਜੀ, ਵੀ ਇਹਦਾ ਪਸ਼ੂਆਂ ਦੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਜੀ? ਜੀ ਡਾਕਟਰ ਸਾਹਿਬ, ਬਹੁਤ ਹੀ ਉਮਦਾ ਸਵਾਲ ਪੁੱਛਿਆ ਜੀ, ਬੜਾ ਜ਼ਰੂਰੀ ਹੈ ਔਰ ਅੱਜ ਦੇ ਵਿਸ਼ੇ ਦਾ ਇਹ ਇੱਕ ਬਹੁਤ ਹੀ ਜ਼ਰੂਰੀ ਸਵਾਲ ਸੀਗਾ। ਸੋ ਅਸੀਂ ਕਿਸਾਨ ਆਪਣੇ ਡੇਅਰੀ ਫਾਰਮਿੰਗ ਜੋ ਕਰਦੇ ਹਾਂ, ਸਾਡਾ ਡੇਅਰੀ ਫਾਰਮਿੰਗ ਇੱਕ ਆਰਥਿਕ ਸਹਾਇਤਾ ਵਾਸਤੇ ਬਹੁਤ ਵੱਡਾ ਇੱਕ ਸਤੰਭ ਹੈ। ਡੇਅਰੀ ਫਾਰਮਿੰਗ ਸਫਲ ਤਾਂ ਹੀ ਹੋਵੇਗੀ ਜੇ ਪਸ਼ੂ ਹਰ ਵਰਿਆਇਆ ਹੋਵੇ, ਪਸ਼ੂ ਸਮੇਂ ਸਿਰ ਬੋਲੇ, ਹੇਹੇ ਚਾਏ, ਸੂਣ ਵੇਲੇ ਕਦੀ ਕੋਈ ਸਮੱਸਿਆ ਨਾ ਹੋਵੇ, ਪਸ਼ੂ ਦੀ ਪ੍ਰੋਪਰ ਜੇਰ ਪਵੇ, ਦੁੱਧ ਦੇਣ ਵੇਲੇ ਪਸ਼ੂ ਸਹੀ ਤਰੀਕੇ ਨਾਲ ਪੂਰਾ ਦੁੱਧ ਦੇਵੇ, ਹਵਾਨੇ ਦੀ ਕੋਈ ਸੋਜਿਸ਼ ਨਾ ਹੋਵੇ, ਲੰਗੜਾਪਨ ਨਾ ਹੋਵੇ ਅਤੇ ਪਸ਼ੂ ਨੂੰ ਕਦੀ ਕੋਈ ਮੋਕ ਨਾ ਲੱਗੇ। ਲੇਕਿਨ ਉੱਲੀ ਜ਼ਹਿਰ ਇੱਕ ਇੰਨੀ ਮਾੜੀ ਅਤੇ ਨਾਮਰਾਜ ਚੀਜ਼ ਹੈ, ਇਹ ਸਭ ਤੋਂ ਵੱਧ ਪਸ਼ੂਆਂ ਦੇ ਇਹਨਾਂ ਚੀਜ਼ਾਂ ਦੇ ਉੱਤੇ ਅਟੈਕ ਕਰਦਾ ਹੈ। ਸੋ ਜਦੋਂ ਪਸ਼ੂ ਦੀ ਖੁਰਾਕ ਦੇ ਵਿੱਚ, ਫੀਡ ਦੇ ਵਿੱਚ, ਸਾਈਲੇਜ ਦੇ ਵਿੱਚ ਇਦਾਂ ਦਾ ਪਦਾਰਥ ਆ ਜਾਂਦਾ ਹੈ ਜਿਹਦੇ ਵਿੱਚ ਉੱਲੀ ਜ਼ਹਿਰ ਪਸ਼ੂ ਦੇ ਸਰੀਰ ਦੇ ਵਿੱਚ ਜਾਂਦਾ ਹੈ, ਤਾਂ ਪਸ਼ੂਆਂ ਨੂੰ ਮੋਕ ਲੱਗਣੀ ਸ਼ੁਰੂ ਹੋ ਜਾਂਦੀ ਜਿਹੜੀ ਛੇਤੀ ਬੰਦ ਨਹੀਂ ਹੁੰਦੀ, ਪਸ਼ੂਆਂ ਨੂੰ ਹਵਾਨੇ ਦੀ ਸੋਜਿਸ਼ ਜਾਂ ਮੈਸਟਾਈਟਿਸ ਹੋ ਜਾਂਦੀ ਹੈ ਜਿਹੜੀ ਛੇਤੀ ਦਵਾਈਆਂ ਦੇ ਕੇ ਬੰਦ ਨਹੀਂ ਹੁੰਦੀ। ਇਸ ਦੇ ਨਾਲ ਹੀ ਪਸ਼ੂਆਂ ਨੂੰ ਲੰਗੜਾਪਨ ਦੀ ਬਿਮਾਰੀ ਰਹਿੰਦੀ ਹੈ, ਪਸ਼ੂ ਫਲ ਸਿੱਟ ਜਾਂਦੇ ਹਨ ਅਤੇ ਪਸ਼ੂ ਪੂਰੀ ਤਰ੍ਹਾਂ ਦੁੱਧ 'ਤੇ ਨਹੀਂ ਉਤਰਦੇ। ਸੋ ਓਵਰਆਲ ਜੇ ਅਸੀਂ ਗੱਲ ਕਰੀਏ, ਡੇਅਰੀ ਫਾਰਮਿੰਗ ਦੇ ਧੰਦੇ ਨੂੰ ਮੁੱਢ ਤੋਂ ਖਤਮ ਕਰਨ ਲਈ ਜਿਹੜਾ ਸਭ ਤੋਂ ਵੱਡਾ ਇੱਕ ਮੁੱਖ ਕਾਰਨ ਫੀਡ ਦੇ ਵਿੱਚ ਗਲਤ ਚੀਜ਼ ਆਉਂਦੀ ਹੈ, ਉਹ ਉੱਲੀ ਜ਼ਹਿਰ ਹੀ ਹੈ। ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਨਿਊਟ੍ਰੀਸ਼ਨ, ਪਸ਼ੂਆਂ ਦੀ ਖੁਰਾਕ ਅਤੇ ਪਸ਼ੂਆਂ ਦੀ ਫੀਡ ਦੇ ਬਾਰੇ ਹਮੇਸ਼ਾ ਉਹ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਉੱਲੀ ਜ਼ਹਿਰ ਨਾ ਹੋਵੇ, ਕਿਉਂਕਿ ਇਹ ਪਸ਼ੂ ਨੂੰ ਮੁੱਢੋਂ ਤੌਰ 'ਤੇ ਖਤਮ ਕਰ ਦਿੰਦਾ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਵਿਸਥਾਰਪੂਰਵਕ ਤੁਸੀਂ ਜਾਣਕਾਰੀ ਦੇ ਰਹੇ ਹੋ ਅਤੇ ਹੁਣ ਅਗਲੇ ਜਿਹੜੇ ਕਿਸਾਨ ਵੀਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਠੀਕ ਹੈ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ?
ਮੇਰਾ ਨਾਂ ਸਰਮਖ ਸਿੰਘ ਹੈ ਜੀ, ਪਿੰਡ ਸਾਰੰਗੜਾ, ਜ਼ਿਲ੍ਹਾ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ। ਜੀ ਆਪਣਾ ਸਵਾਲ ਪੁੱਛੋ ਜੀ। ਜੀ ਮੇਰਾ ਸਵਾਲ ਆ, ਦੁੱਧ ਵਿੱਚ ਉੱਲੀ ਯਾਰ ਆਉਣ ਦਾ ਕਾਰਨ ਇਕੱਲਾ ਫੀਡ ਹੀ ਹੈ ਜਾਂ ਹੋਰ ਵੀ ਕਾਰਨਾਂ ਕਰਕੇ ਦੁੱਧ ਵਿੱਚ ਟੌਕਸੀਨਾਂ ਆ ਸਕਦੀ ਆ? ਉੱਲੀ ਜ਼ਹਿਰ ਦੇ ਕਾਰਨ ਕਈ ਹਨ ਜਿਹੜੇ ਕਿ ਸਾਨੂੰ ਸਾਰੇ ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਨੂੰ ਜਾਣਕਾਰੀ ਹੋਣਾ ਬੜਾ ਜ਼ਰੂਰੀ ਹੈ। ਦੇਖੋ, ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਜਿਸ ਵੀ ਖਾਣ ਪੀਣ ਦੀ ਜਾਂ ਫੀਡ ਬਣਾਉਣ ਵਾਲੇ ਪਦਾਰਥ ਦੇ ਵਿੱਚ, ਚਾਹੇ ਉਹ ਦਾਣਾ ਹੈ, ਦਾਣੇ ਦੇ ਵਿੱਚ ਮੱਕੀ ਆ ਜਾਂਦੀ ਹੈ, ਚਾਹੇ ਉਹ ਕਣਕ ਆ ਗਈ, ਚਾਹੇ ਉਹ ਖਲਾਂ ਆ ਗਈਆਂ, ਚਾਹੇ ਉਸਦੇ ਵਿੱਚ DORB ਆ ਗਿਆ, ਇਹਦੇ ਵਿੱਚ ਜਦੋਂ ਜ਼ਰੂਰਤ ਤੋਂ ਵੱਧ ਨਮੀ ਆ ਜਾਂਦੀ ਹੈ, ਇਹ ਨਮੀ ਉੱਲੀ ਨੂੰ ਪੈਦਾ ਕਰਦੀ ਹੈ ਅਤੇ ਜਿਹਦੇ ਕਰਕੇ ਉੱਲੀ ਜ਼ਹਿਰ ਜਾਂ ਮਾਈਕੋਟੋਕਸਿਨ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਸਾਡੇ ਕਿਸਾਨ ਵੀਰ ਅੱਜ ਕੱਲ੍ਹ ਸਾਈਲੇਜ ਵੀ ਬਣਾਉਂਦੇ ਹਨ। ਸਾਈਲੇਜ ਬਣਾਉਣ ਦੇ ਦੌਰਾਨ ਜੇ ਉਹਦੀ ਪ੍ਰੈਸਿੰਗ ਪ੍ਰੋਪਰ ਨਾ ਹੋਵੇ, ਉਹਦੇ ਵਿੱਚ ਜ਼ਰੂਰਤ ਤੋਂ ਵੱਧ ਨਮੀ ਰਹਿ ਜਾਵੇ ਜਾਂ ਉਹਦੇ ਵਿੱਚ ਹਵਾ ਨਾ ਨਿਕਲੇ, ਇਹਦੇ ਨਾਲ ਵੀ ਉੱਲੀ ਪੈਦਾ ਹੁੰਦੀ ਹੈ ਔਰ ਇਹ ਵੀ ਇੱਕ ਉੱਲੀ ਜ਼ਹਿਰ ਦਾ ਮੁੱਖ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਅਸੀਂ ਤੂੜੀ ਦਾ ਇਸਤੇਮਾਲ ਕਰਦੇ ਹਾਂ ਪਸ਼ੂਆਂ ਦੇ ਵਿੱਚ, ਲੇਕਿਨ ਜਦੋਂ ਤੂੜੀ ਦੇ ਵਿੱਚ ਵੀ ਪਾਣੀ ਪੈ ਜਾਂਦਾ ਹੈ, ਉੱਥੇ ਕਾਲੇ ਰੰਗ ਦੇ ਡਲੇ ਬਣ ਜਾਂਦੇ ਹਨ, ਜਾਂ ਦੇਖਣ ਦੇ ਵਿੱਚ ਕਈ ਵਾਰੀ ਤੂੜੀ ਸਹੀ ਲੱਗਦੀ ਹੈ ਲੇਕਿਨ ਉਹਦੇ ਤੂੜੀ ਦੇ ਕਮਰੇ ਦੇ ਵਿੱਚੋਂ ਸਾਨੂੰ ਇੱਕ ਗਲਤ ਜਿਹੀ ਸਮੈਲ ਆਉਂਦੀ ਹੈ, ਉਹ ਸਾਰਾ ਇੱਕ ਲੱਛਣ ਹੈ ਕਿ ਉਹਦੇ ਵਿੱਚ ਉੱਲੀ ਪੈਦਾ ਹੋ ਚੁੱਕੀ ਹੈ। ਸੋ ਇੱਦਾਂ ਦੀ ਚੀਜ਼ ਨੂੰ ਵੀ ਆਪਾਂ ਪਸ਼ੂ ਨੂੰ ਨਹੀਂ ਦੇਣਾ। ਇਸ ਤੋਂ ਇਲਾਵਾ ਮੈਂ ਬੇਨਤੀ ਕਰਾਂਗਾ ਕਿਸਾਨ ਭਰਾਵਾਂ ਨੂੰ, ਅਸੀਂ ਦੇਖਿਆ ਹੈ ਕਿ ਕਈ ਵਾਰ ਘਰਾਂ ਦੇ ਵਿੱਚ ਬਚੀਆਂ ਰੋਟੀਆਂ ਜਾਂ ਬਚੇ ਹੋਏ ਆਲੂ, ਸੜੀਆਂ ਗਲੀਆਂ ਸਬਜ਼ੀਆਂ ਵੀ ਅਸੀਂ ਕਈ ਵਾਰੀ ਪਸ਼ੂਆਂ ਨੂੰ ਪਾ ਦਿੰਦੇ ਹਾਂ, ਇਹਦੇ ਵਿੱਚ ਲਾਜ਼ਮੀ ਤੌਰ 'ਤੇ ਉੱਲੀ ਪੈਦਾ ਹੋਈ ਹੁੰਦੀ ਹੈ ਔਰ ਉੱਲੀ ਜ਼ਹਿਰ ਦੇ ਤੌਰ 'ਤੇ ਪਸ਼ੂਆਂ ਦੇ ਸਰੀਰ 'ਤੇ ਜਾ ਕੇ ਪਸ਼ੂਆਂ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਸੋ ਕਿਸਾਨ ਭਰਾਵਾਂ ਨੂੰ ਫਿਰ ਬੇਨਤੀ ਹੈ ਕਿ ਪਸ਼ੂਆਂ ਦੇ ਖੁਰਾਕ ਦੇ ਉੱਤੇ ਸਹੀ ਚੀਜ਼ਾਂ ਪਾਈਏ, ਜਿਹੜੀ ਖਰਾਬ ਹੈ, ਜਿਹਦੇ ਵਿੱਚ ਮਾੜੀ ਸਮੈਲ ਆ ਰਹੀ ਹੈ, ਉਹਦੀ ਵਰਤੋਂ ਨਾ ਕਰੀਏ। ਬਿਲਕੁਲ, ਡਾਕਟਰ ਸਾਹਿਬ ਵੱਲੋਂ ਜੋ ਖਾਸ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਸਦਾ ਤੁਸੀਂ ਪੂਰਨ ਤੌਰ 'ਤੇ ਧਿਆਨ ਰੱਖਣਾ ਹੈ। ਅਤੇ ਇੱਥੇ ਵੇਲਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਸਾਡੇ ਨਾਲ KSA ਐਗਰੋਟੈਕ ਤੋਂ ਐਕਸਪਰਟ ਹੋਣਗੇ ਜੋ ਸਟਰੋ ਰੀਪਰ ਬਾਰੇ ਕਰਨਗੇ ਖਾਸ ਗੱਲਬਾਤ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਅਤੇ ਹੁਣ ਸਾਡੇ ਨਾਲ ਜੁੜ ਰਹੇ ਨੇ KSA ਐਗਰੋਟੈਕ ਤੋਂ ਐਕਸਪਰਟ ਜੋ ਸਟਰੋ ਰੀਪਰ ਬਾਰੇ ਖਾਸ ਗੱਲਬਾਤ ਕਰ ਰਹੇ ਨੇ, ਉਸਦੇ ਫੀਚਰਸ ਬਾਰੇ ਤੁਹਾਨੂੰ ਵਿਸਤਾਰ ਪੂਰਵਕ ਜਾਣਕਾਰੀ ਦੇ ਰਹੇ ਨੇ। ਕਿਸਾਨਾਂ ਲਈ ਕਈ ਕੰਪਨੀਆਂ ਨੇ ਜਿਹੜੀਆਂ ਕਈ ਤਰ੍ਹਾਂ ਦੇ ਜਿਹੜੇ ਸੰਦ ਬਣਾਉਂਦੀਆਂ ਨੇ ਅਤੇ ਕਈ ਮਸ਼ੀਨਾਂ ਬਣਾਉਂਦੀਆਂ ਨੇ। ਅਸੀਂ ਗੱਲ ਕਰ ਰਹੇ ਹਾਂ KS ਗਰੁੱਪ ਮਲੇਰਕੋਟਲਾ ਦੀ, ਜੋ ਕਿ ਦੇਸ਼ ਦੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਜਿਹੜਾ ਹੈਗਾ ਕਾਫੀ ਨਾਮ ਖੱਟਿਆ ਅਤੇ ਨਾਮੀ ਕੰਪਨੀਆਂ, ਇਹਨਾਂ ਵੱਲੋਂ ਕਈ ਮਸ਼ੀਨਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਲਈ ਬਣਾਈਆਂ ਗਈਆਂ ਨੇ। ਕਿਸਾਨਾਂ ਦੇ ਲਈ ਜਿਹੜੀਆਂ ਮਸ਼ੀਨਾਂ ਬਣਾਈਆਂ ਗਈਆਂ ਨੇ, ਇਸ ਦੇ ਨਾਲ ਕਿਸਾਨੀ ਬਹੁਤ ਜ਼ਿਆਦਾ ਸੌਖੀ ਹੋਈ ਆ। ਮਸ਼ੀਨਾਂ ਕਈ ਇਹੋ ਜਿਹੀਆਂ ਨੇ ਜਿਹਦੇ ਨਾਲ ਬਹੁਤ ਹੀ ਸਮੇਂ ਘੱਟ ਦੇ ਵਿੱਚ ਜਿਹੜਾ ਹੈਗਾ ਕਿਸਾਨ ਆਪਣੀ ਫਸਲ ਕੱਟ ਸਕਦੇ ਆ ਅਤੇ ਬੀਜ ਸਕਦੇ ਆ। ਅਸੀਂ ਗੱਲ ਕਰਾਂਗੇ, ਸਾਡੇ ਨਾਲ ਨੇ KS ਗਰੁੱਪ ਦੇ ਮਾਲਕ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ, ਮੈਂ KS ਗਰੁੱਪ ਤੋਂ। ਸਭ ਤੋਂ ਪਹਿਲਾਂ ਮੈਂ ਕੰਪਨੀ ਬਾਰੇ ਦੱਸਣਾ ਚਾਹਾਂਗਾ। ਸਾਡੀ ਇਹ ਕੰਪਨੀ ਅੱਜ ਤੋਂ ਅਰਾਊਂਡ 55 ਸਾਲ ਪਹਿਲਾਂ ਮੇਰੇ ਪੜਦਾਦਾ ਜੀ ਸਰਦਾਰ ਭਗਵਾਨ ਸਿੰਘ ਜੀ, ਉਹਨਾਂ ਦੁਆਰਾ ਇਹ ਸਟਾਰਟ ਕੀਤੀ ਗਈ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਹੜੰਬਾ ਬਣਾਇਆ ਸੀ ਜੋ ਉਹ ਟਾਈਮ 'ਚ ਚੱਲਦੇ ਸੀ। ਹੜੰਬੇ ਦੇ ਨਾਲ ਨਾਲ ਉਹ ਹੋਰ ਛੋਟੇ ਮੋਟੇ ਇੰਪਲੀਮੈਂਟ ਐਡ ਆਨ ਕਰਦੇ ਗਏ, ਬਣਾਉਂਦੇ ਗਏ ਅਤੇ ਫਿਰ ਟਾਈਮ ਟੂ ਟਾਈਮ ਸਾਡੀ ਜਿਹੜੀ ਪ੍ਰੋਡਕਸ਼ਨ ਆ ਅਸੀਂ ਵਧਾਉਂਦੇ ਗਏ। ਅਸੀਂ ਕੰਬਾਈਨ, ਸੈਲਫ ਕੰਬਾਈਨ ਵੀ ਬਣਾਈ ਅਤੇ ਫਿਰ ਉਸ ਤੋਂ ਬਾਅਦ ਹੋਰ ਇੰਪਲੀਮੈਂਟਸ ਅਸੀਂ ਮੈਨੂਫੈਕਚਰਿੰਗ ਕਰਦੇ ਗਏ। ਅਤੇ ਹੁਣ ਮੈਂ ਗੱਲ ਕਰਾਂਗਾ ਇਹ ਸਟਰੋ ਰੀਪਰ ਦੀ। ਇਹ ਸਾਡਾ ਸਟਰੋ ਰੀਪਰ ਪੂਰੇ ਇੰਡੀਆ 'ਚ ਨੰਬਰ 1 ਰੀਪਰ ਹੈ, ਜਿਹਦੇ ਵਿੱਚ ਅਸੀਂ ਮਾਰਕੀਟ ਦੇ ਵਿੱਚ ਲੀਡਰ ਵੀ ਹੈਗੇ ਹਾਂ। ਇਹ ਅਸੀਂ ਐਕਸਪੋਰਟ ਵੀ ਕਰਦੇ ਹਾਂ, ਅੱਗੇ ਹੀ ਇੱਦਾਂ ਕਿਸਾਨਾਂ ਦਾ ਵਿਸ਼ਵਾਸ ਬਣਾਈ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜੀਤ ਸਿੰਘ ਮੰਗਟ ਹੈ, ਮੈਂ ਮੈਨੇਜਰ ਹਾਂ KS ਦੇ ਵਿੱਚ। ਅਤੇ ਜੇ ਮੈਂ ਆਪਣੇ ਰੀਪਰ ਬਾਰੇ ਦੱਸਾਂ, ਜਿਹੜਾ ਸਾਡਾ ਰੀਪਰ ਹੈ ਇਹ KS 756 DB ਦੇ ਨਾਂ 'ਤੇ ਜਾਣਿਆ ਜਾਂਦਾ, ਜਿਹਦਾ ਮਤਲਬ ਹੈ ਕਿ 7 ਫੁੱਟ ਕਟਰ ਬਾਰ ਹੈ ਅਤੇ 56 ਇੰਚੀ ਡਰੰਮ ਹੈ ਅਤੇ DB ਮਤਲਬ ਡਬਲ ਬਲੋਡ। ਅਤੇ ਅਸੀਂ ਇਹਦੇ ਵਿੱਚ ਇੱਕ ਹੋਰ ਮਾਡਲ ਬਣਾਉਂਦੇ ਹਾਂ ਜਿਹੜਾ ਨੂੰ ਅਸੀਂ 62 ਇੰਚੀ, ਜਿਹਦੇ ਵਿੱਚ ਅਸੀਂ ਡਰੰਮ ਲਾਉਂਦੇ ਹਾਂ ਅਤੇ ਉਹਦੇ ਵਿੱਚ 3 ਪੱਖੇ ਲੱਗਦੇ ਰਹਿੰਦੇ ਜੀ। ਜੇ ਮੈਂ ਆਪਣੇ ਰੀਪਰ ਬਾਰੇ ਗੱਲ ਕਰਾਂ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰੀਪਰ ਦੇ ਵਿੱਚ ਸਭ ਤੋਂ ਵੱਧ ਯੂਜ਼ ਹੋਣ ਵਾਲੇ ਆਪਣੇ ਫਿੰਗਰ ਅਤੇ ਬਲੇਡ ਹੈ, ਜਿਹਦੀ ਸਭ ਤੋਂ ਵੱਧ ਲਾਗਤ ਹੁੰਦੀ ਹੈ ਅਤੇ ਸਭ ਤੋਂ ਜ਼ਿਆਦਾ ਵੱਧ ਕਸਾਵਟ ਹੁੰਦੀ ਹੈ। ਤਾਂ ਜਿਹੜੇ ਅਸੀਂ ਆਪਣੇ ਫਿੰਗਰ ਨੇ ਉਹ ਅਸੀਂ ਇੱਕ BMC ਨਿਰਮਾਣਿਤ ਮਸ਼ੀਨ ਦੁਆਰਾ ਬਣਾਉਂਦੇ ਹਾਂ, ਜਿਹਦਾ ਬੈਨੀਫਿਟ ਇਹ ਹੈ ਕਿ ਉਹਨਾਂ ਦੀ ਅਲਾਈਨਮੈਂਟ
ਅਤੇ ਫਿਟਮੈਂਟ ਬਹੁਤ ਵਧੀਆ ਹੈਗੇ ਆ ਅਤੇ ਉਹਦੇ ਵਿੱਚ ਜਿਹੜੇ ਬਲੇਡ ਨੇ ਉਹ ਬਹੁਤ ਸਮੂਥ ਚੱਲਦੇ ਨੇ ਅਤੇ ਬ੍ਰੇਕੇਜ ਨਹੀਂ ਆਉਂਦੀ ਅਤੇ ਜਿਹੜੇ ਬਲੇਡ ਨੇ ਅਸੀਂ ਇੱਕ ਸ਼ਾਰਪ ਕੰਪਨੀ ਤੋਂ ਲੈਂਦੇ ਹਾਂ ਜੋ ਕਿ ਬਹੁਤ ਹੀ ਮਾਣੀ ਪਰਮਾਨੀ ਕੰਪਨੀ ਹੈ ਅਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਬਲੇਡ ਬਣਾਉਂਦੀ ਹੈਗੀ ਹੈ ਅਤੇ ਉਹਦੇ ਜਿਹੜੇ ਬਲੇਡ ਨੇ ਉਹਨਾਂ ਦੀ ਡਿਊਰੇਬਿਲਟੀ ਅਤੇ ਰਿਲਾਇਬਿਲਟੀ ਬਹੁਤ ਜ਼ਿਆਦਾ ਹੈ ਉਹਨਾਂ ਦੀ ਬਲੇਡ ਨੇ ਜਿਹੜੇ ਦਿੰਦੇ ਨੇ ਉਹ ਖਰਾਬ ਨਹੀਂ ਹੁੰਦੇ ਅਤੇ ਮਾਰਕੀਟ ਵਿੱਚ ਜਿੰਨੇ ਵੀ ਬਲੇਡ ਮਿਲਦੇ ਨੇ ਉਸ ਤੋਂ ਉਹਦੀ ਲਾਈਫ ਡਬਲ ਹੈ ਜ਼ਿਆਦਾ ਟਾਈਮ ਚੱਲਦੇ ਨੇ ਜਿਹਦੇ ਜੇ ਮੈਂ ਕਹਿ ਸਕਦੇ ਹਾਂ ਕਿ ਘੱਟ ਖਰਚਾ ਅਤੇ ਐਫੀਸ਼ੈਂਸੀ ਜ਼ਿਆਦਾ ਕਰਦੇ ਨੇ ਅਤੇ ਹੁਣ ਮੈਂ ਆਪਣੇ ਰੀਪਰ ਦੇ ਚੱਪੂ ਦੀ ਗੱਲ ਕਰਾਂਗਾ ਜਿਹੜਾ ਚੱਪੂ ਉਹ ਸਪਰਿੰਗ ਲੋਡਿਡ ਚੱਪੂ ਹੈ ਉਹਦਾ ਬੈਨੀਫਿਟ ਇਹ ਹੈ ਕਿ ਜਦੋਂ ਵੀ ਆਪਾਂ ਕਟਾਈ ਦੇ ਦੌਰਾਨ ਵਰਤੋਂ ਦੇ ਦੌਰਾਨ ਜਦੋਂ ਕੋਈ ਰੋੜਾ ਜਾਂ ਇੱਟ ਵਗੈਰਾ ਆ ਜਾਵੇ ਤਾਂ ਉਹ ਨੁਕਸਾਨ ਨਹੀਂ ਹੁੰਦਾ ਉਹ ਸਾਨੂੰ ਦੱਸ ਉਹਦੇ ਵਿੱਚ ਲੱਗਣ ਸਾਰ ਤਾਂ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਇਸਦੇ ਵਿੱਚ ਇੱਕ ਸਟੋਨ ਟਰੈਪ ਸੈਂਸਰ ਵੀ ਲਾਇਆ ਹੋਇਆ ਅਤੇ ਉਹ ਵੀਪ ਕਰਦਾ ਤਾਂ ਸਾਡੇ ਟਰੈਕਟਰ ਓਪਰੇਟਰ ਨੂੰ ਪਤਾ ਲੱਗ ਜਾਂਦਾ ਹੈ ਅਤੇ ਐਕਸੀਡੈਂਟ ਤੋਂ ਬਚ ਜਾਂਦਾ ਅਤੇ ਮਾਰਕੀਟ ਵਿੱਚ ਜਿਹੜੇ ਹੋਰ ਮਾਡਲ ਨੇ ਉਹ ਪੱਤੀ ਬੇਸ ਮਾਡਲ ਨੇ ਜਦੋਂ ਉਹਦੇ ਵਿੱਚ ਕੋਈ ਰੋੜਾ ਵਗੈਰਾ ਲੱਗਦਾ ਤਾਂ ਉਹ ਔਗਰ ਨੂੰ ਨੁਕਸਾਨ ਕਰਦਾ ਅਤੇ ਸਾਡਾ ਇਹ ਜਿਹੜਾ ਸਪਰਿੰਗ ਲੋਡ ਮਾਡਲ ਹੈ ਉਹਦੇ ਨਾਲ ਇਹ ਨੁਕਸਾਨ ਤੋਂ ਬਚ ਜਾਂਦੇ ਹਾਂ ਟਾਈਮ ਅਤੇ ਪੈਸੇ ਦੀ ਵੀ ਬੱਚਤ ਹੈ ਟਾਈਮ 'ਤੇ ਵੀ ਪੈਸੇ ਦੀ ਬੱਚਤ ਹੈ ਕਿਉਂਕਿ ਸੀਜ਼ਨ ਜਿਹੜਾ ਹੁੰਦਾ ਬਹੁਤ ਛੋਟਾ ਹੁੰਦਾ ਤਾਂ ਜੇ ਕਿਸੇ ਦਾ ਤਰ੍ਹਾਂ ਐਕਸੀਡੈਂਟ ਹੋ ਜਾਂਦਾ ਤਾਂ ਬੰਦੇ ਦਾ ਸਮਾਂ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਨਿਕਲ ਜਾਂਦਾ ਜਿਹਦੇ ਕਰਕੇ ਉਹਦਾ ਸੀਜ਼ਨ ਖਰਾਬ ਹੋ ਜਾਂਦਾ ਜੀ ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਰੀਪਰ ਦੇ ਵਿੱਚ ਪੁਲੀਆਂ ਨੇ ਉਹ ਸਪਲਿਟ ਮਾਡਲ ਪੁਲੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਸਾਨੀ ਨਾਲ ਕੱਢ ਕੇ ਫਿਟਮੈਂਟ ਕਰ ਸਕਦੇ ਹਾਂ ਉਹਨੂੰ ਹੈਮਰਿੰਗ ਕਰਨ ਦੀ ਲੋੜ ਨਹੀਂ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਹੋਰ ਰੀਪਰ ਨੇ ਉਹਨਾਂ ਵਿੱਚ ਸਿੰਪਲ ਪੁਰਾਣੇ ਜ਼ਮਾਨੇ ਦੀਆਂ ਪੁਲੀਆਂ ਲੱਗਦੀਆਂ ਪੈਂਦੀਆਂ ਨੇ ਕੀਲੀ ਠੋਕ ਕੇ ਜਦੋਂ ਹੈਮਰਿੰਗ ਕਰਦੇ ਹਾਂ ਉਹ ਟੁੱਟ ਜਾਂਦੀਆਂ ਨੇ ਕੱਢਣੀਆਂ ਪਾਉਣੀਆਂ ਔਖੀਆਂ ਨੇ ਇਹ ਆਰਾਮ ਨਾਲ ਆਪਾਂ ਕੱਢ ਕੇ ਚੇਂਜ ਕਰ ਸਕਦੇ ਹਾਂ ਆਪਦੀ ਵਰਤੋਂ ਦੇ ਮੁਤਾਬਿਕ ਜੀ ਅਤੇ ਜਿਹੜਾ ਅਸੀਂ ਸ਼ੀਟ ਵਰਤਦੇ ਹਾਂ ਆਪਦੀ ਰੀਪਰ ਦੇ ਵਿੱਚ ਉਹ ਟਾਟਾ ਕੰਪਨੀ ਦੀ ਵਰਤਦੇ ਹਾਂ ਬਹੁਤ ਹੀ ਮੰਨੀ ਪ੍ਰਮੰਨੀ ਕੰਪਨੀ ਹੈਗੀ ਆ ਬਹੁਤ ਹੀ ਮਜ਼ਬੂਤ ਸ਼ੀਟ ਹੈ ਅਤੇ ਇਹ ਸਾਰੀਆਂ ਜਿਹੜੀਆਂ ਸ਼ੀਟਾਂ ਨੇ ਜਾਂ ਜਿੰਨੀ ਵੀ ਇਹਦੀ ਰੀਪਰ ਦੀ ਆਪਾਂ ਕਹਿੰਦੇ ਹਾਂ ਕਟਿੰਗ ਹੈ ਜਾਂ ਉਹ ਸਾਰੀਆਂ ਅਸੀਂ ਜਰਮਨ ਮੇਡ ਮਸ਼ੀਨਾਂ ਤੋਂ ਕਟਿੰਗ ਕਰਦੇ ਹਾਂ ਫਿਰ ਉਹਦੇ ਵਿੱਚ ਫਿਟਮੈਂਟ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਸੋਧਿਆ ਹੋਇਆ ਇੱਕ ਰੀਪਰ ਆ ਸਾਡਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਮਜ਼ਬੂਤੀ ਬਹੁਤ ਰਹਿੰਦੀ ਹੈਗੀ ਹੈ ਅਤੇ ਹੁਣ ਆਪਾਂ ਆਪਦੇ ਪੇਂਟ ਦੀ ਗੱਲ ਕਰਾਂਗੇ ਅਸੀਂ ਇਹਦੇ ਵਿੱਚ ਪੀਯੂ ਪੇਂਟ ਵਰਤਦੇ ਹਾਂ ਅਤੇ ਜਿੰਨੇ ਵੀ ਪ੍ਰੋਡਕਟ ਨੇ ਉਹਨਾਂ ਨੂੰ ਪਹਿਲਾਂ ਪੇਂਟ ਕਰਦੇ ਹਾਂ ਫਿਰ ਅਸੈਂਬਲ ਕਰਦੇ ਹਾਂ ਉਹਨੂੰ ਪੇਂਟ ਆਫਟਰ ਅਸੈਂਬਲ ਕਹਿੰਦੇ ਨੇ ਉਹਦਾ ਸਭ ਤੋਂ ਬੜਾ ਜੋ ਆਪਾਂ ਕਹਿ ਦਈਏ ਬੈਨੀਫਿਟ ਇਹ ਹੈ ਕਿ ਉਹਦੇ ਵਿੱਚ ਜੰਗ ਨਹੀਂ ਲੱਗਦੀ ਜਿਹੜੇ ਮਰਜ਼ੀ ਸੀਜ਼ਨ 'ਚ ਆਪਾਂ ਜਿਵੇਂ ਮਰਜ਼ੀ ਵਰਤੀਏ ਜਦੋਂ ਮਰਜ਼ੀ ਆਪਾਂ ਜਦੋਂ ਆਫ ਸੀਜ਼ਨ 'ਚ ਖੜ੍ਹਾ ਵੀ ਰਹਿੰਦਾ ਜਿਵੇਂ ਆਪਾਂ ਦੇਖਦੇ ਪਾਣੀ ਲੱਗਣ ਨਾਲ ਜੰਗ ਲੱਗ ਜਾਂਦੀ ਹੈ ਜੇ ਪੇਂਟ ਹੋਊਗਾ ਤਾਂ ਲੱਗਦਾ ਨਹੀਂ ਇਸ ਕਰਕੇ ਸਾਡਾ ਉਹ ਰੀਪਰ ਆ ਉਹ ਉਹਦੀ ਲਾਈਫ ਵੱਧ ਜਾਂਦੀ ਹੈ ਹੋਰਾਂ ਰੀਪਰਾਂ ਦੇ ਮੁਕਾਬਲੇ ਅਤੇ ਅਸੀਂ ਇਹ ਰੀਪਰ ਦੇ ਨਾਲ ਨਾਲ ਇੱਕ ਆਪਦੀ ਸੇਲ ਆਫਟਰ ਸਰਵਿਸ ਵੀ ਦਿੰਦੇ ਹਾਂ ਜਿਹਦੇ ਵਿੱਚ ਕੀ ਕਰਦੇ ਹਾਂ ਅਸੀਂ ਕਿ ਇੱਕ 6 ਮਹੀਨੇ ਇੱਕ ਸੀਜ਼ਨ ਦੀ ਅਸੀਂ ਵਾਰੰਟੀ ਦਿੰਦੇ ਹਾਂ ਜੇ ਕੋਈ ਵੀ ਕਦੇ ਕੋਈ ਟੈਕਨੀਕਲੀ ਮਾੜਾ ਮੋਟਾ ਫਾਲਟ ਆ ਜਾਵੇ ਕਿਉਂਕਿ ਹਰੇਕ ਫੀਲਡ ਦੇ ਵਿੱਚ ਅਲੱਗ ਅਲੱਗ ਰਿਕੁਆਇਰਮੈਂਟਾਂ ਹੁੰਦੀਆਂ ਨੇ ਬਾਸਕਟਾਂ ਜਿਵੇਂ ਲਾ ਲਓ ਜਾਂ ਕੋਈ ਪੁਲੀਆਂ ਦੀਆਂ ਵਗੈਰਾ ਟਰੈਕਟਰਾਂ ਦੇ ਆਰ ਪੀ ਐਮ ਨੂੰ ਉਹ ਕਰਨਾ ਇਹੋ ਜਿਹੀ ਕੋਈ ਜੇ ਪ੍ਰੋਬਲਮ ਵੀ ਆ ਜਾਵੇ ਤਾਂ ਇੱਕ ਟੋਲ ਫਰੀ ਨੰਬਰ ਹੈ 1800-120-00-5 ਉੱਥੇ ਕਾਲ ਕਰੋ ਤਾਂ ਸਾਡਾ ਜਿਹੜਾ ਫੀਲਡ ਸਰਵਿਸ ਨੇ ਮਕੈਨਿਕ ਨੇ ਉਹ 24 ਘੰਟਿਆਂ ਦੇ ਵਿੱਚ ਪਹੁੰਚ ਕੇ ਕਿਸੇ ਵੀ ਤੁਸੀਂ ਜਿੱਥੇ ਵੀ ਸਟੇਟ 'ਚੋਂ ਤੁਹਾਨੂੰ ਸਿਰਫ ਕਾਲ ਕਰਨੀ ਆ ਤਾਂ ਤੁਰੰਤ ਉਹਦਾ ਹੱਲ ਹੋ ਜਾਏਗਾ ਜੀ ਜੇ ਕੋਈ ਉਹਨਾਂ ਨੂੰ ਸੁਝਾਅ ਦੀ ਲੋੜ ਹੈਗੀ ਦੇਣ ਦੀ ਕੋਈ ਅਮੈਂਡਮੈਂਟ ਕਰਨ ਦੀ ਆ ਤਾਂ ਜਿਹੜਾ ਮੈਂ ਟੋਲ ਫਰੀ ਨੰਬਰ ਦੱਸਿਆ ਪਹਿਲਾਂ ਉਹ 'ਤੇ ਸਾਨੂੰ ਕਾਲ ਕਰਕੇ ਸਾਨੂੰ ਦੱਸਣ 'ਤੇ ਅਸੀਂ ਉਹਨਾਂ ਦੇ ਮੁਤਾਬਿਕ ਉਸ ਨੂੰ ਚੇਂਜ ਕਰਨ 'ਚ ਸਮਰੱਥਾਂ ਅਤੇ ਉਹਨਾਂ ਦੇ ਹਮੇਸ਼ਾ ਉਮੀਦਾਂ 'ਤੇ ਖੜ੍ਹੇ ਉਤਰਾਂਗੇ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਾਡੇ ਨਾਲ ਜੁੜਨ ਲਈ ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਦੁੱਧ ਦੀ ਗੁਣਵੱਤਾ ਅਤੇ ਮਾਪਦੰਡ ਇਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਇੱਕ ਚਾਤ ਪਾਉਂਦੇ ਹਾਂ ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਅਤੇ ਅਗਲੇ ਹਫ਼ਤੇ ਦਾ ਸਾਡਾ ਵਿਸ਼ਾ ਹੈ ਅਸੀਸ ਫੀਡ ਬਿਹਤਰ ਦੁੱਧ ਬਿਹਤਰ ਸਿਹਤ ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਐਕਸਪਰਟ ਹੋਣਗੇ ਅਤੇ ਹੁਣ ਤੱਕ ਦਾ ਜੋ ਸਾਡਾ ਸਫ਼ਰ ਰਿਹਾ ਉਸ ਬਾਰੇ ਵੀ ਅਤੇ ਅਸੀਸ ਫੀਡ ਬਾਰੇ ਵੀ ਹੋਏਗੀ ਵਿਸਤਾਰ ਪੂਰਵਕ ਚਰਚਾ
ਅਗਲੇ ਹਫ਼ਤੇ ਦਾ ਵੀ ਪ੍ਰੋਗਰਾਮ ਵੇਖਣਾ ਭੁੱਲਿਓ ਨਾ। ਦਿਓ ਇਜਾਜ਼ਤ ਅਤੇ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾਏ KSA ਸਟਰੋਰੀ ਪਰ ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ। ਰੱਬ ਰਾਖਾ।